ਕਿ ਸਿੱਖ ਕੌਮ ਅਨਿਆਂ ਦੇ ਖਿਲਾਫ ਜਦੋਂ ਲੜੀ ਹੈ ਨਾ ਤੱਤੀਆਂ ਧਵੀਆਂ 'ਤੇ ਬੈਠੇ ਹੈ, ਬੰਦ ਬੰਦ ਕਟਾਏ, ਖੋਪੜੇ ਲਹਾਏ, ਪਰ ਸਿੱਖੀ ਸਿੱਧ ਨਹੀਂ ਚੱਲੀ। ਇਹ ਇੱਥੋਂ ਹੀ ਅਰਦਾਸ ਜਾਣੀ ਹੈ ਔਰ ਪੂਰੀ ਵੀ ਹੋਣੀ ਹੈ। ਇਹ ਜਿਹੜੇ ਸਾਰੇ ਪੰਜਾਬ ਦੇ ਲੋਕਾਂ ਦੀ ਸਭ ਤੋਂ ਵੱਡੀ ਤਾਂਘ ਹੈ ਨਾ ਕਿ ਇੱਕ ਮਿਸਾਲੀ ਸਜ਼ਾ ਦਿੱਤੀ ਜਾਵੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹ ਜਘਨਿਆ ਅਪਰਾਧ ਕਰਨ ਦਾ ਸੋਚਿਆ ਵੀ, ਔਰ ਉਹ ਪੀੜ੍ਹੀ ਦਰ ਪੀੜ੍ਹੀ ਐਸੀ ਸਜ਼ਾ ਹੋਵੇ ਕਿ ਪੀੜ੍ਹੀ ਦਰ ਪੀੜ੍ਹੀ ਲੋਕ ਦੇਖਣ ਕਿ ਕੰਬੇ ਆਦਮੀ, ਲੇਕਿਨ ਇਹ ਕਰਨ ਦੀ ਸੋਚੇ ਨਾ, ਇਹ ਗੁਰੂ ਨੇ ਆਪੇ ਕਰ ਦੇਣਾ ਔਰ ਇਹ ਹੋਊਗਾ। ਮੇਰੀ ਆਸ ਕਦੇ ਨਹੀਂ ਟੁੱਟੀ, ਤੁਸੀਂ ਵੀ ਅਰਦਾਸ ਕਰਿਓ ਔਰ ਆਉਣ ਵਾਲਾ ਸਮਾਂ ਨੈਤਿਕ ਕਰਦੇ ਬਸ ਅਰਦਾਸ ਬਹੁਤ ਤੰਗ ਮੈਂ ਬਹੁਤ ਤੰਗ। ਇਹ ਨਿਆਂ ਦਾ ਪ੍ਰਕਾਸ਼ ਹੋਊਗਾ, ਉਹ ਤਾਂ ਹੋਣਾ ਹੀ ਹੋਣਾ, ਔਰ ਇਹ ਨਿਆਂ ਦਾ ਪ੍ਰਕਾਸ਼ ਹੋਣਾ ਔਰ ਉਹਨੇ ਇੱਕ ਮਿਸਾਲ ਕਾਇਮ ਕਰਨੀ ਪੀੜ੍ਹੀ ਦਰ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ।